ਪਾਕਿਸਤਾਨ ਤੋਂ ਅਮਨ ਦਾ ਪੈਗਾਮ ਲੈ ਕੇ ਵਾਪਸ ਆ ਰਹੇ ਨਵਜੋਤ ਸਿੱਧੂ ਖਿਲਾਫ ਵਿਰੋਧ ਕਰਨ ਵਾਲੇ ਪਹਿਲਾਂ ਤੋਂ ਹੀ ਹੱਥਾਂ ਨੂੰ ਥੂਕਰ ਲਾਈ ਬੈਠੇ ਸੀ। ਜਿਵੇਂ ਹੀ ਸਿੱਧੂ ਵਾਗਾ ਪਾਰ ਕਰਕੇ ਵਤਨ ਵਾਪਸ ਆਏ ਤਾਂ ਨਾਲ ਹੀ ਉਹਨਾਂ ਖਿਲਾਫ ਵਿਰੋਧ ਵੇਖਣ ਨੂੰ ਮਿਲਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨਵਜੋਤ ਸਿੱਧੂ ਤੋਂ ਮੰਤਰੀ ਪਦ ਤੋਂ ਅਸਤੀਫੇ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਹੈ ਕਿ ਸਿੱਧੂ ਦੀ ਪਾਕਿਸਤਾਨੀ ਜਰਨੈਲ ਨੂੰ ਪਾਈ ਗਲਵਕੜੀ ਦੇਸ਼ ਨਾਲ ਗਦਾਰੀ ਹੈ ਅਤੇ ਇਸ ਦੇ ਨਾਲ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ। ਦੇਸ਼ ਦੇ ਸ਼ਹੀਦ ਹੋਏ ਆ, ਬਾਰਡਰਾਂ ਦੇ ਸ਼ਹੀਦ ਹੋ ਰਹੇ ਆ, ਉਹਨਾਂ ਘਰਾਂ ਦੇ ਵਿੱਚ ਜਾ ਨਹੀਂ ਸਕਿਆ, ਇੱਥੇ ਅੰਮ੍ਰਿਤਸਰ ਵੀ ਸ਼ਹੀਦ ਹੋਇਆ ਉਹਦੇ ਘਰ ਜਾ ਨਹੀਂ ਸਕਿਆ, ਅਤੇ ਇੱਥੋਂ ਦੂਰ ਜਾ ਕੇ ਜਿਹਨੇ ਸ਼ਹੀਦ ਕੀਤੇ ਆ ਉਹਦਾ ਜੱਫੀਆਂ ਪਾ ਰਿਹਾ। ਅਸੀਂ ਇਸ ਕਰਕੇ ਇਹ ਹਿੰਦੁਸਤਾਨ ਦਾ ਗਦਾਰ ਹੈ, ਇਸ ਕਰਕੇ ਅਸੀਂ ਇਹਦਾ ਇੱਥੇ ਵਿਰੋਧ ਕਰਨ ਆਏ ਹਾਂ। ਕਰਤਾਰਪੁਰ ਦਾ ਨੰਗਲ ਸੈਂਟਰ ਕਰ ਗਏ, ਪੰਜਾਬ ਦਾ ਮੰਤਰੀ ਕਰਤਾਰਪੁਰ ਨੰਗਲ ਨੂੰ ਕਿੱਦਾਂ ਕਰ ਸਕਦਾ ਹੈ? ਅਸੀਂ ਇਹ ਕਹਿੰਦੇ ਹਾਂ ਹਿੰਦੁਸਤਾਨ ਦੇ ਡਿਮਾਂਡ ਕਰਦੇ ਹਾਂ ਕਿ ਨਵਜੋਤ ਸਿੱਧੂ ਜਿਹੜਾ ਨਾ ਉਹ ਪਹਿਲਾਂ ਪੰਜਾਬ ਦੇ ਮੰਤਰੀ ਪਦ ਤੋਂ ਰਿਜ਼ਾਈਨ ਕਰੇ, ਤਾਂ ਕਿ ਉਹਨੇ ਅੱਜ ਜੋ ਕੀਤਾ ਉਹ ਠੀਕ ਨਹੀਂ ਕੀਤਾ। ਅੱਜ ਇੱਕ ਬੰਨੇ ਸ਼ਹੀਦਾਂ ਦੀਆਂ ਵਿਧਵਾਵਾਂ ਰੋ ਰਹੀਆਂ, ਸ਼ਹੀਦਾਂ ਦੇ ਬੱਚੇ ਰੋ ਰਹੇ ਆ, ਇਹ ਜਾ ਕੇ ਉੱਥੇ ਸੈਨਾ ਮੁਖੀ ਦੇ ਨਾਲ ਜਫੀਆਂ ਪਾਉਂਦਾ। ਉਹ ਸਮਾਂ ਆ ਗਿਆ ਜਦੋਂ ਪਾਕਿਸਤਾਨ ਨੂੰ ਇੱਟ ਨਾਲ ਇੱਟ ਖੜਕਾਉਣ ਦੀ ਲੋੜ ਹੈ, ਅੱਜ ਪਾਕਿਸਤਾਨ ਦੇ ਨਾਲ ਮੂੰਹ ਮੋੜ ਕੇ ਪਾਕਿਸਤਾਨ ਨਾਲ ਜੰਗ ਕਰਨ ਦੀ ਲੋੜ ਆ। ਇਹ ਕਿਹੜਾ ਮਤਲਬ ਵੀ ਉੱਥੇ ਜਾ ਕੇ ਕਿਹੜਾ ਪ੍ਰੋਟੋਕਾਲ ਹੈ ਇਹਦਾ ਕਿ ਉੱਥੇ ਜਾ ਕੇ ਸੈਨਾ ਮੁਖੀ ਦੇ ਨਾਲ ਜਫੀ ਪਾਵੇ?